ਦੂਸਰਾ ਪੈਟਰੋਲ ਪੰਪ ਹੈ ਜਿੱਥੇ ਤੁਹਾਨੂੰ ਲੈ ਕੇ ਆਏ ਹਾਂ। ਸਵੇਰ ਤੋਂ ਹੀ ਪੈਟਰੋਲ ਪੰਪ ਦੇ ਉੱਤੇ ਭੀੜ ਕਾਫੀ ਸੀਗੀ। ਇਸ ਵਕਤ ਤੁਸੀਂ ਜ਼ਰੂਰ ਦੇਖੋ ਜਿੱਥੇ ਪੈਟਰੋਲ ਪੰਪ ਦੇ ਵਿੱਚ ਪੈਟਰੋਲ ਖਤਮ ਹੋ ਗਿਆ ਹੈ, ਤਾਂ ਲੋਕ ਲਾਈਨ ਲਗਾ ਕੇ ਖੜ੍ਹੇ ਹੋਏ ਨੇ ਕਿ ਉਹਨਾਂ ਨੂੰ ਪੈਟਰੋਲ ਮਿਲੇਗਾ, ਪਰ ਪੈਟਰੋਲ ਜਿਹੜਾ ਹੈ ਉਹ ਖਤਮ ਹੋ ਗਿਆ ਹੈ। ਲੋਕ ਕਿਉਂਕਿ ਪੈਟਰੋਲ ਡੀਜ਼ਲ ਲੋਕ ਭਰਾਉਣ ਆ ਰਹੇ ਨੇ, ਇਹ ਦੇਖੋ ਲੋਕ ਆਮ ਜਿਹੜੇ ਨੇ ਉਹ ਇਸ ਜਗ੍ਹਾ ਤੋਂ ਨਿਕਲ ਕੇ ਜਾਂਦੇ ਹੋਏ ਨਜ਼ਰ ਆ ਰਹੇ ਨੇ, ਕਿਉਂਕਿ ਡੀਜ਼ਲ ਜਿਹੜਾ ਹੈ ਇਸ ਜਗ੍ਹਾ ਦੇ ਉੱਤੇ ਖਤਮ ਹੋ ਗਿਆ ਹੈ। ਪੈਟਰੋਲ ਸਿਰਫ ਹੈ, ਉਹ ਵੀ ਜਿਹੜਾ ਹੈ ਉਹ ਲੋਕਾਂ ਨੂੰ ਕਿਹਾ ਜਾ ਰਿਹਾ ਹੈ ਕਿ 100-150 ਦਾ ਹੀ ਪਵਾਓ, ਜ਼ਿਆਦਾ ਤੁਸੀਂ ਨਾ ਪਵਾਓ। ਇਹ ਤੁਸੀਂ ਉਹ ਜ਼ਰੂਰ ਤਸਵੀਰ ਦੇਖੋ ਜਿੱਥੇ ਕੈਨੀਆਂ ਦੇ ਵਿੱਚ ਜਿਹੜਾ ਹੈ ਪੈਟਰੋਲ ਭਰਿਆ ਜਾ ਰਿਹਾ ਹੈ, ਤਾਂ ਕਿ ਉਹਨਾਂ ਨੂੰ ਜਿਹੜੀ ਹੈ ਉਹ ਸਮੱਸਿਆ ਨਾ ਆਵੇ ਕਿਸੇ ਤਰੀਕੇ ਦੀ। ਤਾਂ ਇਹ ਸਵੇਰੇ ਤੋਂ ਹੀ ਜਿਹੜੀ ਹੈ ਉਹ ਭੀੜ ਲੱਗੀ ਹੋਈ ਹੈ। ਮੈਂ ਤੁਹਾਨੂੰ ਕੈਮਰਾ ਪਰਸਨ ਜਿਹਨੂੰ ਕਹੂੰਗਾ ਇਹ ਪੂਰਾ ਦਿਖਾ ਦੇਵੇ, ਕਿਸ਼ਨਪੁਰੇ ਦਾ ਏਰੀਆ ਹੈ ਜਿਸ ਜਗ੍ਹਾ ਦੇ ਉੱਤੇ ਪ੍ਰੋਪਰ ਜਿਹੜੀ ਹੈ ਉਹ ਭੀੜ ਲੱਗੀ ਹੋਈ ਹੈ। ਲੋਕ ਸਵੇਰ ਤੋਂ ਹੀ ਇਸ ਥਾਂ ਦੇ ਉੱਤੇ ਆਏ ਨੇ, ਪੈਟਰੋਲ ਭਰਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਪਰ ਕਿਤੇ ਨਾ ਕਿਤੇ ਪੈਟਰੋਲ ਕਿਸੇ ਨੂੰ ਜਿਹੜਾ ਹੈ ਉਹ ਮਿਲਦਾ ਹੋਇਆ ਨਜ਼ਰ ਨਹੀਂ ਆ ਰਿਹਾ ਹੈ। ਆਮ ਲੋਕ ਨੇ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਜਿਹੜੀ ਹੈ ਉਹ ਕਰਨ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਦਿਨ ਸਵੇਰ ਤੋਂ ਹੀ ਜਿਹੜਾ ਹੈ ਪੈਟਰੋਲ ਪਵਾਉਂਦੇ ਪਏ ਨੇ, ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਬਾਈ ਅੱਜ ਕਿੰਨੇ ਦਾ ਪੈਟਰੋਲ ਪਵਾਉਂਗੇ ਅਤੇ ਆਮ ਦਿਨਾਂ 'ਚ ਕਿੰਨਾ ਦੇ ਪਵਾਉਂਦੇ ਸੀਗੇ? ਸਰ ਮੈਂ ਵੈਸੇ ਵੀ ਰੋਜ਼ 1000 ਦਾ ਪਵਾਉਂਦਾ ਸੀ, ਅੱਜ 1500 ਦਾ ਪਵਾਉਂਗਾ। ਅੱਜ 1500 ਦੇ ਪਵਾਉਂਗੇ, ਮਤਲਬ ਟੈਂਕੀ ਫੁੱਲ ਕਰਾਉਂਗੇ? ਬਿਲਕੁਲ ਸਰ, ਬਿਲਕੁਲ ਬਿਲਕੁਲ ਜੀ। ਅੱਛਾ ਬਿਲਕੁਲ, ਇਹ ਤੁਸੀਂ ਦੇਖੋ ਲੋਕਾਂ ਦਾ ਵੀ ਕਹਿਣਾ ਹੈ ਕਿ ਆਮਦਨਾਂ ਦੇ ਵਿੱਚ ਅਸੀਂ 1000 ਦਾ ਜਾਂ ਫਿਰ 500 ਦਾ ਜਿੰਨੇ ਦਾ ਹੀ ਪਾਉਂਦੇ ਸੀਗੇ, ਪਰ ਅੱਜ ਜਿਹੜਾ ਹੈ ਉਹ ਅਸੀਂ ਫੁੱਲ ਕਰਾਵਾਂਗੇ ਟੈਂਕੀ। ਕਿੰਨੇ ਦਾ ਪਾਉਂਦੇ ਸੀਗੇ ਆਮਦਨਾਂ ਦੇ ਵਿੱਚ? 100 ਦਾ ਹੀ ਪਾਉਂਦੇ ਹਾਂ, 100 ਦਾ ਹੁਣ ਪਵਾਉਣਾ ਸੀ, ਹੋਰ ਕੀ ਕਰਨਾ। ਕੱਲ੍ਹ ਸਹੀ ਪਰਸੋਂ ਸਹੀ। ਕਹਿੰਦੇ ਨੇ ਕਿ ਪੈਟਰੋਲ ਖਤਮ ਹੋ ਜਾਣਾ ਵਾ, ਕਈ ਪੈਟਰੋਲ ਪੰਪਾਂ ਦੇ ਪੈਟਰੋਲ ਵੀ ਖਤਮ ਹੋ, ਅੱਗੇ 2 ਮਹੀਨੇ ਬੰਦ ਰਿਹਾ ਲੋਕਡਾਊਨ 'ਚ, ਉਦੋਂ ਵੀ ਲੋਕਾਂ ਨੇ ਸਬਰ ਕੀਤਾ ਸੀ ਨਾ, ਜੇ ਹੁਣ ਹੋ ਜੂਗਾ ਤਾਂ ਹੁਣ ਵੀ ਕਰ ਦਿਆਂਗੇ। ਠੀਕ ਹੈ ਜੀ। ਅੱਛਾ ਰਸ਼ ਪੈ ਗਿਆ ਬਈ, ਟਾਈਮ ਕਦੋਂ ਲੱਗੂਗਾ ਸਾਨੂੰ? ਇਹ ਘੰਟਾ ਹੋ ਗਿਆ ਸਾਨੂੰ ਇੱਥੇ ਖੜ੍ਹੇ ਨੂੰ, ਕਦੀ ਉਹ ਕੋਈ ਹੋ ਹੀ ਪਤਾ ਨਹੀਂ, ਕਦੋਂ ਤੇਲ ਮਿਲਣਾ ਕਿ ਨਹੀਂ ਮਿਲਣਾ ਹੈਗਾ, ਅੱਜ ਗੱਲ ਕੀ ਹੈਗੀ ਆ? ਕਹਿੰਦੇ ਨੇ ਟਰੱਕ ਡਰਾਈਵਰਾਂ ਨੇ ਪ੍ਰਦਰਸ਼ਨ ਕਰ ਰਹੇ ਨੇ ਸੈਂਟਰ ਵੱਲੋਂ, ਇੱਕ ਜਿਹੜੀ ਹੈ ਉਹ ਲੋਅ ਪਾਸ ਕੀਤਾ ਗਿਆ ਕਿ ਜੇਕਰ ਟਰੱਕ ਡਰਾਈਵਰ ਕਿਸੇ ਨੂੰ ਮਾਰ ਕੇ ਚੱਲ ਜਾਂਦਾ ਤਾਂ ਉਸਨੂੰ ਭਾਰੀ ਜੁਰਮਾਨਾ ਦੇਣਾ ਪਵੇਗਾ ਅਤੇ ਜੇਲ੍ਹ ਵੀ ਹੋ ਸਕਦੀ ਹੈ, ਜਿਸ ਕਾਰਨ ਉਹਨਾਂ ਨੇ ਪ੍ਰੋਟੈਸਟ ਕੀਤਾ ਅਤੇ ਪੂਰਾ ਜਿਹੜੇ ਹੈਗਾ ਉਹ ਟਰੱਕ ਅਤੇ ਹੋਰ ਕਈ ਚੀਜ਼ਾਂ ਨੇ ਉਹ ਬੰਦ ਕਰ ਦਿੱਤੀਆਂ ਨੇ, ਜਿਸ ਕਾਰਨ ਇਹ ਕਿੱਲਤ ਹੋ ਰਹੀ ਹੈ। ਤੁਹਾਡੇ ਹਿਸਾਬ ਨਾਲ ਕੀ ਲੱਗਦਾ, ਟਰੱਕ ਵਾਲਿਆਂ ਨੂੰ ਇਹ ਕਰਨਾ ਚਾਹੀਦਾ ਹੈ? ਨਹੀਂ ਕਰਨਾ ਚਾਹੀਦਾ, ਇਹ ਕੰਮ ਨਹੀਂ ਕਰਨਾ ਚਾਹੀਦਾ। ਦੁਨੀਆ ਦੇਖੋ ਕਿੰਨੀ ਪਬਲਿਕ ਕਿੰਨੀ ਹੋ ਗਈ ਇਕੱਠੀ ਹੈਗੀ, ਇੱਦਾਂ ਗਲਤ ਗੱਲ ਹੈਗੀ ਹੈ, ਵਾਰੀ ਵੀ ਨਹੀਂ ਆ ਰਹੀ ਹੈਗੀ। ਅੱਛਾ ਅੱਜ ਕਿੰਨੇ ਦਾ ਪਵਾਉਂਗੇ ਤੁਸੀਂ ਤੇਲ ਜੇ ਵਾਰੀ ਆਉਂਦੀ ਹੈ? ਅਸੀਂ 300 ਦਾ ਪੈਣਾ, ਇੱਥੇ ਹੋਰ ਕਿੰਨਾ ਪੈਣਾ, ਜ਼ਿਆਦਾ ਨਹੀਂ। ਠੀਕ ਹੈ ਬਿਲਕੁਲ। ਆਮ ਲੋਕ ਬਜ਼ੁਰਗ ਜਿਹੜੇ ਨੇ ਉਹ ਪਹੁੰਚੇ ਹੋਏ ਨੇ ਜਿਨ੍ਹਾਂ ਵੱਲੋਂ ਤੇਲ ਪਵਾ ਜਾ ਰਿਹਾ ਹੈ। ਅੱਛਾ ਅੰਕਲ ਪਹਿਲਾਂ ਕਿੰਨੇ ਦਾ ਪਾਉਂਦੇ ਸੀ, ਅੱਜ ਕਿੰਨੇ ਦਾ ਪਾਉਂਗੇ ਤੇਲ? ਅੱਗੇ ਵੀ 300 ਦਾ ਪਵਾਉਣਾ ਸੀ, ਅੱਜ ਵੀ 300 ਦਾ ਹੀ ਪਵਾਉਣਾ ਪੁੱਤ। ਲੋਕੀ ਕਹਿੰਦੇ ਨੇ ਪੈਟਰੋਲ ਖਤਮ ਹੋ ਜਾਣਾ ਹੈ। ਹੋ ਜਾਏਗਾ ਸਰ, ਘਰ ਬਹਿ ਜਾਵਾਂਗੇ, ਹੋਰ ਕੀ ਕਰੀਏ ਹੁਣ। ਕਈ ਲੋਕ 10-15 ਮਿੰਟ ਤੋਂ ਲੱਗੇ ਹੋਏ ਨੇ, ਕਈ ਲੋਕ 1-1 ਘੰਟੇ ਤੋਂ ਜਿਹੜਾ ਹੈ ਉਹ ਤੇਲ ਪਵਾਉਂਦੇ ਹੋਏ ਨਜ਼ਰ ਆ ਰਹੇ ਨੇ। ਤੁਸੀਂ ਦੇਖੋ ਲੋਕ ਗੱਡੀਆਂ ਦੇ ਵਿੱਚ ਤਾਂ ਤੇਲ ਪਵਾ ਰਹੇ ਨੇ, ਪਰ ਬੋਤਲ ਵੀ ਜਿਹੜੀ ਹੈ ਉਹ ਨਾਲ ਲੈ ਕੇ ਆਏ ਨੇ, ਤਾਂ ਕਿ ਉਹਨਾਂ ਦੇ ਵਿੱਚ ਤੇਲ ਪਵਾ ਲਈਏ, ਤਾਂ ਜੇਕਰ ਤੇਲ ਖਤਮ ਹੁੰਦਾ ਹੈ ਤਾਂ ਅੱਗੇ ਜਾ ਕੇ ਜਿਹੜਾ ਹੈ ਉਹ ਤੇਲ ਪਵਾਇਆ ਜਾ ਸਕੇ। ਇਹ ਲੋਕ ਦੇਖੋ ਲੋਕ ਕਾਫੀ ਲੰਬੇ ਸਮੇਂ ਤੋਂ ਭੀੜ ਦੇ ਵਿੱਚ ਲੱਗੇ ਹੋਏ ਨੇ, ਲੜਾਈ ਵਾਲਾ ਵੀ ਮਾਹੌਲ ਜਿਹੜਾ ਹੈ ਉਹ ਬਣਿਆ ਹੋਇਆ, ਕਿਉਂਕਿ ਇੱਕ ਬੰਦੇ ਵੱਲੋਂ ਜਿਹੜਾ ਹੈ ਉਹ ਤੇਲ ਨਹੀਂ ਪਾਇਆ ਜਾ ਸਕਦਾ।
ਤਾਂ ਬਿਲਕੁਲ ਇਹ ਤੁਸੀਂ ਤਸਵੀਰ ਦੇਖੋ ਜਿੱਥੇ ਲੋਕ ਪਹੁੰਚੇ ਹੋਏ ਨੇ, ਇੱਕ ਸਾਈਡ ਦਾ ਜਿਹੜਾ ਹੈਗਾ ਹੈ ਉਹ ਬੰਦ ਕਰ ਦਿੱਤਾ ਗਿਆ ਹੈ ਕਿਉਂਕਿ ਇਸ ਵੱਲੋਂ ਜਿਹੜਾ ਹੈ ਉਹ ਪੈਟਰੋਲ ਨਹੀਂ ਪੈ ਰਿਹਾ ਹੈਗਾ ਹੈ। ਸਵੇਰ ਤੋਂ ਹੀ ਪੈਟਰੋਲ ਦੀ ਜਿਹੜੀ ਹੈ ਉਹ ਕਿੱਲਤ ਹੈਗੀ ਹੈ, ਲੋਕ ਸਵੇਰ ਤੋਂ ਲਾਈਨਾਂ ਦੇ ਵਿੱਚ ਲੱਗੇ ਹੋਏ ਨੇ ਜਿਨ੍ਹਾਂ ਵੱਲੋਂ ਪੈਟਰੋਲ ਪਵਾਇਆ ਜਾ ਰਿਹਾ ਹੈ। ਭੀੜ ਇੰਨੀ ਹੈ ਕਿ ਲੋਕਾਂ ਦੀ ਵਾਰੀ ਜਿਹੜੀ ਹੈ ਉਹ ਅੱਧੇ ਅੱਧੇ ਘੰਟੇ, ਇੱਕ ਇੱਕ ਘੰਟੇ ਬਾਅਦ ਜਿਹੜੀ ਹੈ ਆਉਂਦੀ ਹੋਈ ਨਜ਼ਰ ਆ ਰਹੀ ਹੈ। ਹਰੇਕ ਥਾਂ ਦੇ ਵਿੱਚ ਭੀੜ ਦੇਖੋ ਤੁਸੀਂ, ਇੱਧਰ ਦੀ ਵੀ ਭੀੜ ਹੈ, ਉੱਧਰੋਂ ਵੀ ਭੀੜ ਹੈ। ਅਤੇ ਜੇਕਰ ਗੱਡੀਆਂ ਦੀ ਮੈਂ ਗੱਲ ਕਰਾਂ ਤਾਂ ਗੱਡੀਆਂ ਉੱਦਾਂ ਹੀ ਖੜੀਆਂ ਨੇ ਕਿਉਂਕਿ ਇਸ ਪੈਟਰੋਲ ਪੰਪ ਦੇ ਉੱਤੇ ਜਿਹੜਾ ਹੈ ਉਹ ਡੀਜ਼ਲ ਪ੍ਰੋਪਰ ਤਰੀਕੇ ਦੇ ਨਾਲ ਖਤਮ ਹੋ ਗਿਆ ਹੈ। ਹਾਲਾਂਕਿ ਜਿਸ ਦੂਸਰੇ ਪੈਟਰੋਲ ਦੇ ਪੰਪ ਦੇ ਵਿੱਚ ਪਹਿਲਾਂ ਤੁਹਾਨੂੰ ਤਸਵੀਰ ਦਿਖਾਈ ਹੈ ਉਸ ਜਗ੍ਹਾ ਦੇ ਉੱਤੇ ਡੀਜ਼ਲ ਹੈ, ਪਰ ਪੈਟਰੋਲ ਜਿਹੜਾ ਹੈ ਪੈਟਰੋਲ ਅਤੇ ਡੀਜ਼ਲ ਉਸ ਜਗ੍ਹਾ 'ਤੇ ਹੈ ਪਰ ਇਸ ਪੈਟਰੋਲ ਪੰਪ ਦੇ ਵਿੱਚ ਡੀਜ਼ਲ ਖਤਮ ਹੋ ਗਿਆ ਹੈ ਅਤੇ ਪੈਟਰੋਲ ਹੈਗਾ ਹੈ। ਉਹ ਵੀ ਲੋਕਾਂ ਨੂੰ ਇਹਨਾਂ ਵੱਲੋਂ ਪੈਟਰੋਲ ਪੰਪ ਦੇ ਮਾਲਕਾਂ ਵੱਲੋਂ ਜਾਂ ਫਿਰ ਜੋ ਪੈਟਰੋਲ ਭਰ ਰਹੇ ਨੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ 100-200 ਦਾ ਹੀ ਪਵਾਓ ਤਾਂ ਕਿ ਆਮ ਲੋਕਾਂ ਜਿਹੜੇ ਦੂਸਰੇ ਲੋਕ ਨੇ ਉਹਨਾਂ ਨੂੰ ਵੀ ਤੇਲ ਪਵਾਉਣ ਦਾ ਮੌਕਾ ਮਿਲ ਜਾਵੇ। ਪਰ ਕਿਤੇ ਨਾ ਕਿਤੇ ਲੋਕ ਨਹੀਂ ਮੰਨ ਰਹੇ ਨੇ, ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਟੈਂਕੀ ਫੁੱਲ ਕਰ ਦਿਉ, ਤੇਲ ਜ਼ਿਆਦਾ ਭਰ ਦਿਉ ਤਾਂ ਕਿ ਸਾਨੂੰ ਕਿਸੇ ਤਰੀਕੇ ਦੀ ਤਕਲੀਫ ਨਾ ਹੋਵੇ। ਇਹ ਤਸਵੀਰ ਦੇਖੋ ਜਿੱਥੇ ਲੜਾਈ ਵਾਲਾ ਵੀ ਮਾਹੌਲ ਜਿਹੜਾ ਹੈ ਉਹ ਬਣਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਡੇਢ ਘੰਟਾ ਜਿਹੜੇ ਲੋਕ ਵੇਟ ਕਰ ਰਹੇ ਨੇ ਅਤੇ ਉਹਨਾਂ ਨੂੰ ਤੇਲ ਨਹੀਂ ਪੈਂਦਾ ਪਿਆ ਹੈ ਤਾਂ ਉਹ ਕਾਫੀ ਨਾਰਾਜ਼ ਵੀ ਜਿਹੜੇ ਆ ਹੁੰਦੇ ਹੋਏ ਨਜ਼ਰ ਆ ਰਹੇ ਨੇ। ਇਹ ਤਸਵੀਰਾਂ ਜਲੰਧਰ ਕਿਸ਼ਨਪੁਰੇ ਤੋਂ ਸਾਂਝੀ ਕਰ ਰਹੇ ਹਾਂ ਜਿੱਥੇ ਦੂਸਰੇ ਪੈਟਰੋਲ ਪੰਪ ਦੇ ਆਏ ਆ, ਜਿੱਥੇ ਪੈਟਰੋਲ ਤਾਂ ਥੋੜ੍ਹਾ ਜਿਹਾ ਹੈਗਾ ਹੈ ਪਰ ਡੀਜ਼ਲ ਪ੍ਰੋਪਰ ਤਰੀਕੇ ਦੇ ਨਾਲ ਖਤਮ ਹੋ ਗਿਆ ਹੈ। ਕੈਮਰਾ ਪਰਸਨ ਪੰਕਜ ਦੇ ਨਾਲ ਰਾਜੂ ਗੁਪਤਾ, ਬਾਬੂਸ਼ਾਹੀ ਟਾਈਮ, ਜਲੰਧਰ।